बाकी गल रही राजे अपने न्याय दी, न्याय तो तुहानू पता ही है, देख लो की कुछ हुई जांदा है। जदों लॉरेंस दी पेशी हुंदी है तां वकील साहब पहले ही रौला पा देंदे ने, अज इहदा मर्डर होऊगा, अज इहदा काउंटर होऊगा, अज इहनूं ऐ करनगे। की हो गया परसों दा रौला पाया सी वकील ने, उहनां दे ने होया मर्डर, कीता किसी ने उहदा मर्डर? उहनां दे लवे तां कोई नहीं जांदा, मारे जांदे तां साडे गरीब गरोबिआं दे जवाक मारे जांदे, जिहड़े माड़ी मोटी आपदी तरक्की आप करदे आ। सिद्धू ने की माड़ा कीता सी? आपदा लिखणा, आपदा गाउणा, किसे तों कुछ मंगिआ नहीं, दित्ता ही होऊगा, किसे नूं कुछ मंगिआ नहीं सी, पर उहने पर उन्होंने फिर भी अखां च चुभिया। जे अपने नौजवान ऐदां ही जांदे रहे फिर राजे अपना इत्थे रहण दा कोई धर्ग नहीं। सब तो पहला तां मैं मावां नूं कहूंगी भी तुसीं आपदे बच्चिआं ते पूरा पूरा ध्यान दो। उस तों बाद मैं सोची जाणी आ, जिहड़े हिसाब नाल आ परसों सीगा किते डांगा चक्की फिरदे सी स्कूल दे सामणे 20 मस्टंडे, ਤੇ ਵੀ ਉਹ ਸਾਡੇ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਹੈ, ਪੰਚਾਇਤ ਦੀ ਜ਼ਿੰਮੇਵਾਰੀ ਬਣਦੀ ਹੈ, ਮੈਂ ਵੀ ਸਰਪੰਚ ਹਾਂ, ਮੈਂ ਵੀ ਸੋਚਿਆ ਵੀ ਅਸੀਂ ਕਰਾਂਗੇ ਕੁਛ ਨਾ ਕੁਛ ਆਪਦੇ ਤੌਰ ਤੇ। ਸਾਡੇ ਸਕੂਲ ਦੇ ਅੱਗੇ ਵੀ ਜਾ ਕੇ ਬਹੁਤ ਖੜਮਸਤੀ ਕਰਦੇ ਨੇ, ਅਸੀਂ ਡਿਊਟੀ ਲਾਈ ਹੋਈ ਹੈ ਵਿਚਾਰੇ ਮੁਲਾਜ਼ਮਾਂ ਦੀ, ਭਾਈ ਜਦੋਂ ਛੁੱਟੀ ਹੁੰਦੀ ਹੈ ਜਾਂ ਕੁੜੀਆਂ ਸਕੂਲ ਦੇ ਅੰਦਰ ਆਉਂਦੀਆਂ ਨੇ ਤਾਂ ਉਦੋਂ ਤੁਸੀਂ ਜ਼ਰੂਰ ਡਿਊਟੀ ਦਿਆ ਕਰੋ, ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਜੇ ਆਪਾਂ ਹੇਠਾਂ ਤੋਂ ਹੀ ਨਾ ਇਹਨਾਂ ਨੂੰ ਉੱਗਣ ਦਈਏ, ਵੱਡੇ ਹੋਣ ਦਈਏ, ਤਾਂ ਇਹ ਵੱਡੇ ਹੋ ਕੇ ਮਤਲਬ ਇਹੋ ਜਿਹੇ ਇਲਜ਼ਾਮਾਂ ਨੂੰ ਦਿੰਦੇ ਆ, ਇਲਜ਼ਾਮ ਦਿੰਦੇ ਆ ਇਹੋ ਜਿਹੇ ਕੰਮਾਂ ਨੂੰ, ਤੇ ਫਿਰ ਇਸ ਹਿਸਾਬ ਨਾਲ ਆਪਣਾ ਤਾਂ ਕੁਛ ਨਹੀਂ ਬਣਦਾ। ਆਪਾਂ ਨੂੰ ਆਪਣੀ ਲੜਾਈ ਆਪ ਹੀ ਲੜਨੀ ਪਊ, ਆਪਣੇ ਬੱਚੇ ਆਪ ਤਿਆਰ ਕਰਨੇ ਪੈਣਗੇ। ਬਾਕੀ ਗੱਲ ਰਹੀ ਰਾਜੇ ਆਪਣੇ ਨਿਆਂ ਦੀ, ਨਿਆਂ ਤਾਂ ਤੁਹਾਨੂੰ ਪਤਾ ਹੀ ਹੈ, ਦੇਖ ਲਓ ਕੀ ਕੁਛ ਹੋਈ ਜਾਂਦਾ। ਜਦੋਂ ਲਾਰੈਂਸ ਦੀ ਪੇਸ਼ੀ ਹੁੰਦੀ ਆ ਤਾਂ ਵਕੀਲ ਸਾਹਿਬ ਪਹਿਲਾਂ ਹੀ ਰੌਲਾ ਪਾ ਦਿੰਦੇ ਨੇ, ਅੱਜ ਇਹਦਾ ਮਰਡਰ ਹੋਊਗਾ, ਅੱਜ ਇਹਦਾ ਕਾਊਂਟਰ ਹੋਊਗਾ, ਅੱਜ ਇਹਨੂੰ ਐਂ ਕਰਨਗੇ। ਕੀ ਹੋ ਗਿਆ ਪਰਸੋਂ ਦਾ ਰੌਲਾ ਪਾਇਆ ਹੋਇਆ ਸੀ ਵਕੀਲ ਨੇ, ਉਹਨਾਂ ਦੇ ਨੇ ਹੋਇਆ ਮਰਡਰ, ਕੀਤਾ ਕਿਸੇ ਨੇ ਉਹਦਾ ਮਰਡਰ? ਉਹਨਾਂ ਦੇ ਲਵੇ ਤਾਂ ਕੋਈ ਨਹੀਂ ਜਾਂਦਾ, ਮਾਰੇ ਜਾਂਦੇ ਤਾਂ ਸਾਡੇ ਗਰੀਬ ਗਰੋਬਿਆਂ ਦੇ ਜਵਾਕ ਮਾਰੇ ਜਾਂਦੇ, ਜਿਹੜੇ ਮਾੜੀ ਮੋਟੀ ਆਪਦੀ ਤਰੱਕੀ ਆਪ ਕਰਦੇ ਆ। ਸਿੱਧੂ ਨੇ ਕੀ ਮਾੜਾ ਕੀਤਾ ਸੀ? ਆਪਦਾ ਲਿਖਣਾ, ਆਪਦਾ ਗਾਉਣਾ, ਕਿਸੇ ਤੋਂ ਕੁਛ ਮੰਗਿਆ ਨਹੀਂ, ਦਿੱਤਾ ਹੀ ਹੋਊਗਾ, ਕਿਸੇ ਨੂੰ ਕੁਛ ਮੰਗਿਆ ਨਹੀਂ ਸੀ, ਪਰ ਉਹਨੇ ਪਰ ਉਹਨਾਂ ਨੂੰ ਫਿਰ ਵੀ ਅੱਖਾਂ 'ਚ ਚੁਭਿਆ। ਜੇ ਆਪਣੇ ਨੌਜਵਾਨ ਇੱਦਾਂ ਹੀ ਜਾਂਦੇ ਰਹੇ ਫਿਰ ਰਾਜੇ ਆਪਣਾ ਇੱਥੇ ਰਹਿਣ ਦਾ ਕੋਈ ਧਰਜ ਨਹੀਂ। ਸਭ ਤੋਂ ਪਹਿਲਾਂ ਤਾਂ ਮੈਂ ਮਾਵਾਂ ਨੂੰ ਕਹੂੰਗੀ ਵੀ ਤੁਸੀਂ ਆਪਦੇ ਬੱਚਿਆਂ ਤੇ ਪੂਰਾ ਪੂਰਾ ਧਿਆਨ ਦਿਓ। ਉਸ ਤੋਂ ਬਾਅਦ ਮੈਂ ਸੋਚੀ ਜਾਂਦੀ ਹਾਂ, ਜਿਹੜੇ ਹਿਸਾਬ ਨਾਲ ਆ ਪਰਸੋਂ ਸੀਗਾ ਕਿਤੇ ਡਾਂਗਾ ਚੱਕੀ ਫਿਰਦੇ ਸੀ ਸਕੂਲ ਦੇ ਸਾਹਮਣੇ 20 ਮਸਟੰਡੇ, ਤੇ ਵੀ ਉਹ ਸਾਡੇ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਹੈ, ਪੰਚਾਇਤ ਦੀ ਜ਼ਿੰਮੇਵਾਰੀ ਬਣਦੀ ਹੈ, ਮੈਂ ਵੀ ਸਰਪੰਚ ਹਾਂ, ਮੈਂ ਵੀ ਸੋਚਿਆ ਵੀ ਅਸੀਂ ਕਰਾਂਗੇ ਕੁਛ ਨਾ ਕੁਛ ਆਪਦੇ ਤੌਰ ਤੇ। ਸਾਡੇ ਸਕੂਲ ਦੇ ਅੱਗੇ ਵੀ ਜਾ ਕੇ ਬਹੁਤ ਖੜਮਸਤੀ ਕਰਦੇ ਨੇ, ਅਸੀਂ ਡਿਊਟੀ ਲਾਈ ਹੋਈ ਹੈ ਵਿਚਾਰੇ ਮੁਲਾਜ਼ਮਾਂ ਦੀ, ਭਾਈ ਜਦੋਂ ਛੁੱਟੀ ਹੁੰਦੀ ਹੈ ਜਾਂ ਕੁੜੀਆਂ ਸਕੂਲ ਦੇ ਅੰਦਰ ਆਉਂਦੀਆਂ ਨੇ ਤਾਂ ਉਦੋਂ ਤੁਸੀਂ ਜ਼ਰੂਰ ਡਿਊਟੀ ਦਿਆ ਕਰੋ, ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਜੇ ਆਪਾਂ ਹੇਠਾਂ ਤੋਂ ਹੀ ਨਾ ਇਹਨਾਂ ਨੂੰ ਉੱਗਣ ਦਈਏ, ਵੱਡੇ ਹੋਣ ਦਈਏ, ਤਾਂ ਇਹ ਵੱਡੇ ਹੋ ਕੇ ਮਤਲਬ ਇਹੋ ਜਿਹੇ ਇਲਜ਼ਾਮਾਂ ਨੂੰ ਦਿੰਦੇ ਆ, ਇਲਜ਼ਾਮ ਦਿੰਦੇ ਆ ਇਹੋ ਜਿਹੇ ਕੰਮਾਂ ਨੂੰ, ਤੇ ਫਿਰ ਇਸ ਹਿਸਾਬ ਨਾਲ ਆਪਣਾ ਤਾਂ ਕੁਛ ਨਹੀਂ ਬਣਦਾ। ਆਪਾਂ ਨੂੰ ਆਪਣੀ ਲੜਾਈ ਆਪ ਹੀ ਲੜਨੀ ਪਊ, ਆਪਣੇ ਬੱਚੇ ਆਪ ਤਿਆਰ ਕਰਨੇ ਪੈਣਗੇ।